ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਨਾਮ ਦੱਸੋ ਜੀ ਪਹਿਲਾਂ ਆਪਦਾ। ਅਤੇ ਪਿੰਡ ਕਿਹੜਾ ਜੀ? ਜ਼ਿਲ੍ਹਾ ਫਿਰੋਜ਼ਪੁਰ ਪੈਂਦਾ, ਠੀਕ ਹੈ ਜੀ। ਵੀਰ ਜੀ ਹੁਣ ਆਪਣੇ ਦੱਸੋ ਕਿਹੜੇ ਡੰਗਰ ਸੇਲ ਹੈ ਜੀ? ਅੱਛਾ, ਦੋਵੇਂ ਨੀਲੇ ਦੇ, ਦੋਵੇਂ ਮਈਆਂ ਸੇਲ ਆ, ਠੀਕ ਹੈ। ਅਤੇ ਵੀਰ ਜੀ ਇਹ ਵੀ ਦੱਸੋ ਆਪਣੇ ਕਿਹੜੇ ਏਰੀਏ ਤੋਂ ਲੈ ਕੇ ਨੇ ਮਈਆਂ ਜੀ ਇਹ? ਆਸਲਪੁਰੇ, ਠੀਕ ਹੈ। ਆਸਲਪੁਰੇ ਮਤਲਬ ਬਲੈਡ ਲਾਈਨ ਵਿੱਚੋਂ, ਠੀਕ ਹੈ ਜੀ, ਠੀਕ ਹੈ। ਚਲੋ ਆਪਾਂ ਇਹਦੇ ਬਾਰੇ ਗੱਲ ਕਰਦੇ। ਅਤੇ ਕਿਨਵੇਂ ਸੂਏ ਜੀ ਵੀਰ ਜੀ ਇਹ? ਤੀਜੇ ਸੂਏ ਸੋਹਣਾ, ਠੀਕ ਠੀਕ। ਅਤੇ ਇਸ ਟਾਈਮ ਗੱਭਣਾ ਜੀ ਇਹ? ਅਤੇ ਕਿੰਨਾ ਟਾਈਮ ਲੈ ਜੂ ਵੀਰ ਜੀ ਇਹ? 5-7 ਦਿਨ ਲੈ ਜੂ, ਠੀਕ। ਅਤੇ ਵੀਰ ਜੀ ਦਾ ਕੋਈ ਪਿਛਲਾ ਸਕੂਲ ਰਿਕਾਰਡ ਹੋਵੇ ਕੋਈ? ਅੱਛਾ, 15-16 ਕਿਲੋ ਦੁੱਧ ਦਿੱਤਾ। ਅਤੇ ਵੀਰ ਜੀ ਚਲੋ ਖੋਲੋ ਮਾੜਾ ਤੋਰ ਗਿਆ ਜੀ। ਪੂਰੀ ਬਰੀਡ ਵਿੱਚ ਆ ਗਏ ਮੈਂ। ਹਾਂਜੀ ਹਾਂ, ਤੁਹਾਡੇ ਸਾਨੂੰ ਫਿਰ ਐਤਕੀ ਦੁੱਧ ਫਿਰ ਕਿੰਨਾ ਕੱਢੋ ਜੀ? 17-18 ਕਿਲੋ ਦੁੱਧ ਕੱਢੂਗਾ ਜੀ। ਅਤੇ ਵੀਰ ਜੀ ਥਣਾ ਥੁਣਾ ਬਿਲਕੁਲ ਬਿਲਕੁਲ ਸਾਫ਼ ਹੈ ਜੀ? ਬਿਲਕੁਲ ਸਾਫ਼ ਹੈ ਜੀ, ਬਹੁਤ ਸਾਫ਼। ਇਹ ਚਵਾਈ ਜੋ ਬਿਲਕੁਲ ਓਕੇ ਹੋ ਗਿਆ ਜੀ, ਬਹੁਤ ਓਕੇ ਹੈ ਜੀ, ਠੀਕ ਹੈ। ਨਹੀਂ ਵੇਖੋ ਅਸੀਂ ਵੇਖੋ ਵਾਲ ਵੁਲ ਭਰਨੇ ਆ। ਹਾਂਜੀ ਹਾਂਜੀ। ਚਲੋ ਵੀਰ ਜੀ ਫਿਰ ਕੀ ਮੁੱਲ ਕੀ ਦਿੰਦਾ ਜੀ? 85,000 ਰੁਪਏ। ਅੱਛਾ, 85,000 ਰੁਪਏ। ਚਲੋ ਬਾਕੀ ਮੌਕੇ ਦੇ ਮਾਨ ਤਾਂ ਬਾਅਦ ਹੋਊਗਾ, ਹੈ ਨਾ ਜੀ? ਹਾਂਜੀ, ਠੀਕ ਹੈ ਜੀ। ਚਲੋ ਇਹਦੇ ਬਾਰੇ ਹੁਣ ਗੱਲ ਕਰੀਏ। ਅਤੇ ਇਹ ਕਿਹੜਾ ਸੂ ਹੈ ਜੀ? ਇਹ ਦੂਜੇ ਹੈ ਜੀ। ਇਹ ਦੂਜੇ ਹੈ ਜੀ, ਠੀਕ ਹੈ। ਇਹਨੇ ਦੂਜੇ ਸੋਣਾ, ਠੀਕ। ਅਤੇ ਇਹ ਵੀ ਗੱਬਣੀ ਹੈ ਜੀ? ਇਹ ਵੀ ਗੱਬਣਾ ਜੀ। ਅਤੇ ਇਹ ਕਿੰਨਾ ਟਾਈਮ ਲੈਂਦੀ ਵੀਰ ਜੀ? ਇਹ ਲੈ ਜੂ ਦਿਹਾੜੀ 2-3 ਦਿਨ। 2-3 ਦਿਨ ਲੈ ਜੂਗੀ? ਹਾਂਜੀ ਹਾਂਜੀ, ਠੀਕ। ਅਤੇ ਵੀਰ ਜੀ ਇਹਨੂੰ ਵੀ ਖੋਲਿਆ ਜੀ ਫਿਰ ਮੁੰਨੇ ਜਿਹੜੇ ਟੈਗ ਬੈਗ ਕਹਿੰਦੇ ਚੁਆਈ ਚੁਈ ਕਰਾਈ ਜੀ ਫਿਰ ਇਹਨਾਂ ਨੇ? ਹਾਂਜੀ, ਜਿਹੜੇ ਟੈਗ ਕਰਨ ਦੇ ਪਏ ਜਾਂਦੇ? ਹਾਂਜੀ ਕਰਾਈ ਹੈ ਜੀ। ਹਾਂ, ਚੁਆਈ ਕਰਾਈ ਹੋ ਗਏ ਨਾ ਜੀ। ਇਹਦੇ ਵੀ ਧਾਰ ਧੁਰ ਬਿਲਕੁਲ ਓਕੇ ਹੈ ਜੀ, ਬਹੁਤ ਵਧੀਆ ਚੁਆਈ। ਤੇ ਵੀਰ ਜੀ ਫਿਰ ਇਹਦਾ ਕੀ ਮੁੱਲ ਹੈ ਜੀ? 75,000। ਅੱਛਾ, ਇਹਦਾ 75,000 ਰੁਪਏ ਮੁੱਲ। ਚਲੋ ਬਾਕੀ ਬਾਕੀ ਮੌਕੇ ਦੇ ਬਾਕੀ ਬਾਅਦ ਹੋ ਜੂ ਮੁੱਲ, ਹੈ ਜੀ। ਨਹੀਂ ਤੁਹਾਡੇ ਮਾਈਆਂ ਦੋਵੇਂ ਸੋਹਣੀਆਂ ਜੀ। ਚਲੋ ਠੀਕ ਹੈ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।